ਸਾਡੇ ਇਸ ਸਪੈਸ਼ਲ ਸੈਗਮੈਂਟ 'ਚ ਤੁਹਾਡਾ ਸਵਾਗਤ ਹੈ ਤੇ ਹਰ ਵਾਰ ਦੀ ਤਰ੍ਹਾਂ ਗੈਜਟ ਗੁਰੂ ਆਕਾਸ਼ ਸਾਹਬ ਲੋਕ ਮੇਰੇ ਨਾਲ ਸ਼ਾਮਲ ਹਨ ਜੋ ਕਿ ਮਹੀਨੇ ਵਿੱਚ ਇੱਕ ਵਾਰ ਨਵੇਂ-ਨਵੇਂ ਇਲੈਕਟ੍ਰੋਨਿਕਸ ਗੈਜਟਸ ਅਤੇ ਨਵੀਂ ਟੈਕਨੋਲੋਜੀ ਨਾਲ ਤੁਹਾਨੂੰ ਵਾਹਵਾਸਤ ਕਰਾਉਂਦੇ ਹਨ ਅੱਜ ਵੀ ਬੜੀ ਬੜੀ ਮੁੱਲੀ ਜਾਣਕਾਰੀ ਦੇਣਗੇ ਅਕਸ਼ ਜੈਨ ਜੀ ਹਾਂ ਜੀ ਕਿਹਾ ਤੁਸੀਂ ਬੈਸੀ ਤੇ ਅਕਸ਼ ਪ੍ਰੋਫੈਸ਼ਨਲ ਨੋਟਰੀ ਪਬਲਿਕ ਹੋ ਹਾਂ ਜੀ ਤੇ ਇਹ ਤੁਹਾਡਾ ਸ਼ੌਕ ਹੈ ਜਾਂ ਕਿ ਇਹ ਪ੍ਰੋਫੈਸ਼ਨਲ ਹਾਂ ਜੀ ਇਹ ਮੇਰੀ ਸ਼ੌਕ ਹੈਗੀ ਹੈ ਮੇਰੀ ਹਬੀ ਹੈਗੀ ਹੈ ਸੋ ਜਿਹੜੇ ਨਵੀਆਂ ਚੀਜ਼ਾਂ ਆਂਦੇ ਮਾਰਕੀਟ ਵਿੱਚ ਹਾਂ ਤੁਸੀਂ ਦੇਖੋ ਕ੍ਰਿਸਮਸ ਆਈਡੀਆ ਹਾਰਡ ਗਿਫਟ ਆਈਡੀਆ ਦੋ ਤਿੰਨ ਦਿਨਾਂ ਦਾ ਰਹਿ ਗਏ ਸ਼ਾਪਿੰਗ ਵਾਸਤੇ ਸੋ ਤੁਸੀਂ ਆ ਥਰਡ ਦੇ ਆਈਡੀਆਸ ਆਗੇ ਤੁਸੀਂ ਸ਼ਾਪਿੰਗ ਵਾਸਤੇ ਕੀ ਲੈ ਸਕਦੇ ਅੱਜ ਵੀ ਤੁਸੀਂ ਕਾਫੀ ਸਮਾਲ ਲੈ ਕੇ ਆਏ ਹੋ ਜਿਹੜੀ ਬਿਲਕੁਲ ਲੇਟੈਸਟ ਟੈਕਨੋਲੋਜੀ ਹੈ ਸੋ ਆਪਾਂ ਸ਼ੁਰੂ ਕਰਦੇ ਹਾਂ ਕਿ ਮੇਰੇ ਖਿਆ ਦਾ ਪਰਫੈਕਸ਼ਨ V500 ਸਕੈਨਰ ਆਇਆ ਹੋਇਆ ਹੈ ਤਕਰੀਬਨ 400 ਡਾਲਰ ਦਾ ਹੈਗਾ ਹੁਣ ਇਹਦੇ ਵਿੱਚ ਤੁਸੀਂ ਦੇਖੋ ਤੁਹਾਰੇ ਕੋਲ ਵੀ ਆਉਣੇ ਮੇਰੇ ਕੋਲ ਵੀ ਕਾਫੀ ਹੈਗੇ ਸਲਾਈਡਸ ਹੈਗੇ ਨੈਗਰੇਜ਼ ਹੈਗੇ ਪੁਰਾਣੇ ਫੋਟੋਸ ਹੈਗੇ ਸੋ ਤੁਸੀਂ ਤੁਸੀਂ ਜੇ ਤੁਸੀਂ ਕੰਪਿਊਟਰ ਤੇ ਲਾ ਕੇ ਆਣਾ ਚਾਹੁੰਦੇ ਹੋ ਜਾਂ ਟ੍ਰਾਂਸਫਰ ਕਰਨਾ ਚਾਹੁੰਦੇ ਹੋ ਸਪੈਸ਼ਲੀ ਜਿਹੜੇ ਨੈਗਰੇਜ਼ ਐਂਡ ਸਲਾਈਡਸ ਹੈਗੇ ਇਹਦੇ ਵਿੱਚ ਆਪਸ਼ਨ ਹੈਗੇ ਮੈਂ ਦਿਖਾਣਾ ਹੈ ਇੱਥੇ ਇਹਦੇ ਨਾਲ ਇੱਕ ਪਲੇਟ ਆਂਦੀ ਹੈ ਜੇ ਤੁਸੀਂ ਆਪਣੇ ਸਾਰੇ ਨੈਗਰੇਜ਼ ਇਹਦੇ ਵਿੱਚ ਪਾ ਸਕਦੇ ਹੋ ਤੁਸੀਂ ਨੈਗਰੇਜ਼ ਐਂਡ ਸਲਾਈਡਸ ਇਹਨੂੰ ਆਟੋਮੈਟਿਕਲੀ ਉਹਨੂੰ ਕੰਪਿਊਟਰ ਵਿੱਚ ਪੜਨਦਾ ਸੋ ਜੇ ਨੈਗੇਟਿਵ ਵੀ ਆ ਗੋ ਆਟੋਮੈਟਿਕਲੀ ਕਨਵਰਟ ਕਰ ਰਹਿੰਦਾ ਰੈਗੂਲਰ ਫੋਟੋ ਸੋ ਕੰਪਿਊਟਰ ਤੇ ਤੁਸੀਂ ਐਡ ਕਰ ਸਕਦੇ ਹੋ ਚੇਂਜ ਕਰ ਸਕਦੇ ਹੋ ਠੀਕ ਕਰ ਸਕਦੇ ਹੋ ਕੁਝ ਵੀ ਕਰ ਸਕਦੇ ਹੋ ਈਮੇਲ ਵੀ ਕਰ ਸਕਦੇ ਹੋ ਬਾਦ ਵਿੱਚ ਕਾਫੀ ਮਹਿੰਗਾ 400 ਡਾਲਰ ਦਾ ਹੈਗਾ ਫਿਰ ਇਹ ਰੈਜ਼ੋਲੂਸ਼ਨ ਬਹੁਤ ਆ ਗਿਆ 6400 ਆ ਗਿਆ ਉਹ ਦੀ ਰੈਜ਼ੋਲੂਸ਼ਨ ਮਤਲਬ ਉਹਦਾ ਇਹ ਕਾਫੀ ਹਾਈ ਪ੍ਰਿੰਟਿੰਗ ਆ ਸਕਦੀ ਹੈ ਸੋ ਦੂਜੀ ਆਈਟਮ ਇਹ ਤੁਸੀਂ ਆਈਫੋਨ ਦੇ ਨਾਲ ਮੈਂ ਆਈਫੋਨ ਹੈ ਤੇ ਲਾਈ ਆ ਪਾਵਰ ਮੈਟ ਮੈਟ ਹੈਗਾ ट्रैवल ਮੈਟ ਹੈਗਾ ਮਤਲਬ ਇਹ ਫੋਲਡ ਹੁੰਦਾ ਸੋ ਲੱਗਦਾ ਹੈ ਕਿ ਸਿਰਫ ਜਿਹੜਾ ਸਟੈਂਡਰਡ ਕਪ ਕਪ ਨਹੀਂ ਪਾਉਂਦੇ ਸੋ ਇਹ ਜੀ ਕੀ ਹੈਗਾ ਮੈਂ ਆਪਣਾ ਆਈਫੋਨ ਦੇ ਨਾਲ ਇਹ ਤੇ ਲਾਇ ਹੋਇਆ ਕੇਸ ਪਿੱਛੇ ਇਹਦੇ ਕੋਈ ਇੱਕ ਇੱਕ ਪਲੇਟ ਹੈਗੀ ਹੈ ਸੋ ਕੀ ਕਹਿੰਦੇ ਜੇ ਤੁਸੀਂ ਚਾਰਜ ਕਰਨਾ ਚਾਹੁੰਦੇ ਹੋ ਪਲੱਗ ਨਹੀਂ ਕਰਨਾ ਪੈਂਦਾ ਤੁਸੀਂ ਸਿਰਫ ਇਹਦੇ ਉੱਪਰ ਡ੍ਰੌਪ ਕਰ ਲਓ ਐਂਡ ਫਿਰ ਆਟੋਮੈਟਿਕਲੀ ਚਾਰਜਿੰਗ ਸ਼ੁਰੂ ਹੋ ਜਾਂਦੀ ਹੈ ਅੱਛਾ ਜੀ ਕੋਈ ਕਨੈਕਸ਼ਨ ਵਗੈਰਾ ਕੁਝ ਨਹੀਂ ਹੈਗਾ ਇਹ। ਸੋ ਜੀ ਡੀ ਫਿਰ ਉਹ ਪਿੱਛੇ ਪਲੇਟ ਆਈ ਲਾਈ ਉਹ ਲਾਉਣੀ ਪੈਂਦੀ ਹੈ ਜਾਂ ਲੱਗੀ ਲਗਾਈ ਹੁੰਦੀ ਹੈ? ਨਹੀਂ ਉਹ ਆਟੋਮੈਟਿਕ ਮੈਂ ਦਿਖਾਣਾ ਫਿਰ ਆਟੋਮੈਟਿਕਲੀ ਆ ਨਾ ਲੱਗਦੀ ਹੈ ਜਿਹੜਾ ਕੇਸ ਹੈਗਾ। ਸੋ ਕੇਸ ਵੀ ਨਾਲ ਸੋਣਾ ਕੇਸ ਲੱਗ ਜਾਣਾ। ਐਂਡ ਐਸ ਦਾ ਨਾਲ ਹੀ ਲੱਗੇ ਹੁੰਦਾ। ਸੋ ਜਦੋਂ ਤੁਸੀਂ ਚਾਰਜ ਕਰਨ ਦਾ ਕਾਰ ਆ ਕੇ ਤੁਸੀਂ ਸਿਰਫ ਐਸ ਦਾ ਪਰ ਪਾ ਦਿਓ ਚਾਰਜਿੰਗ ਸ਼ੁਰੂ ਹੋ ਜੀ। ਸੋ ਇਸ ਤਰ੍ਹਾਂ ਦਾ ਮੈਟਿਕ ਕੇਸ ਤੁਹਾਨੂੰ ਲੈਣਾ ਪੈਂਦਾ ਜਿਹੜਾ ਚਾਹ। ਹਾਂਜੀ ਸੋ ਮੈਂ तकरीबन 100 ਡਾਲਰ ਦੇ ਆ ਗਿਆ। ਕੇਸ ਇੱਕ ਕੇਸ ਨਾਲ ਆਉਂਦਾ ਐਂਡ ਬਾਕੀ ਕੇਸ ਜਿਹਦੇ 100 ਤੁਸੀਂ ਦੈਨ 30 ਡਾਲਰ ਸੋ ਇਹ ਤੋਂ ਜਦੋਂ ਤੁਸੀਂ ਮਤਲਬ ਆਉਨੇ ਆ ਕਿਤੇ ਬਾਹਰੋਂ ਤੇ ਮੈਟ ਤੇ ਉਹਦੇ ਰੱਖੋ ਤੇ ਹੀ ਲੈ ਲਓ ਹੈ ਰਾਈਟ ਅਵੇ ਚਾਰਜ ਹੋ ਜਾਂਦਾ ਕੋਈ ਪਲੱਗ ਵਗੈਰਾ ਕੁਝ ਨਹੀਂ ਕਰਨਾ ਪੈਂਦਾ ਸੋ ਇਹ ਤੁਸੀਂ ਜਦੋਂ ਆਈਫੋਨ ਲੈਣੀ ਉਹਦੇ ਨਾਲ ਲੈਣਾ ਪੈਂਦਾ ਜਾਂ ਸੈਪਰੇਟ ਤੁਸੀਂ ਲੈ ਨਹੀਂ ਆਈਫੋਨ ਵਾਸਤੇ ਹੈ ਗਿਆ ਬਾਕੀ ਸੈਲ ਫੋਨ ਵਾਸੇ ਕਨੈਕਸ਼ਨ ਹੈ ਗਿਆ ਬਲੈਕਬੈਰੀ ਦੇ ਕਨੈਕਸ਼ਨ ਆਉਂਦੇ ਆ ਬਾਕੀ ਚੀਜ਼ਾਂ ਸੋ ਕੈਮਰਾ ਵੀ ਚਾਰਜ ਕਰਨਾ ਚਾਹੁੰਦੇ ਉਹਦੇ ਨਾਲ ਕਨੈਕਸ਼ਨ ਮੋਡੂਲ ਆਉਂਦੇ ਆ ਸੋ ਕਾਫੀ ਚੀਜ਼ਾਂ ਦੇ ਕਨੈਕਸ਼ਨ ਤੁਸੀਂ ਕਰ ਸਕਦੇ ਹੋ ਠੀਕ ਹੈ ਜੀ ਹਾਂ ਜੀ ਸੋ ਆਪਣੀ ਤੀਜੀ ਆਈਟਮ ਲੈਪਟਾਪ ਨੋਟਬੁੱਕ ਹਾਂ ਜੀ ਸੋ ਜਿਵੇਂ ਨਵੇਂ ਨੈਪੋ ਉਹ oh, 14 ਜਾਂ 14 ਪੰ 15 ਇੰਚ ਦੀ ਸਕਰੀਨ ਹੁੰਦੀ ਹੈ ਇਨ ਬੀਟਵੀਨ ਮਾਡਲ ਹੈਗਾ MSI ਦਾ X340 ਹੈਗਾ ਐਦਰ ਵਿੱਚ 13.3 ਇੰਚ ਦੀ ਸਕਰੀਨ ਹੈਗੀ ਹੈ ਕਾਫੀ ਲਾਈਟ ਹੈਗਾ 3 ਪਾਉਂਡ 2.9 ਪਾਉਂਡ ਹੈਗਾ ਐਂਡ ਕਾਫੀ ਥਿਨ ਵੀ ਹੈਗਾ ਸਾਈਡ ਤੇ ਸਕਰੀਨ ਕਾਫੀ ਥਿਨ ਹੈਗੀ ਹੈ ਹੁਣ ਐਦਰ ਦੋ ਤਿੰਨ ਚੀਜ਼ ਹੈ ਇੱਕ ਤੇ ਉਹ ਸਾਰੇ ਕੁਸ਼ ਕਨੈਕਸ਼ਨਸ ਹੈਗੇ ਨਾਲੇ HDMI ਮੈਂ ਸਾਈਡ ਤੇ ਦਖਾਣਾ ਤੋਂ ਉਨੇ ਤੇ HDMI ਦੇ ਵੀ ਕਨੈਕਸ਼ਨ ਹੈ ਗਿਆ ਸੋ ਜਿਹੜੇ ਨਵੇਂ ਫਲੈਟ ਸਕਰੀਨ ਹਾਈ ਡੈਫੀਨੇਸ਼ਨ ਟੀਵੀਸ ਹੈਗੇ ਉਹਦੇ ਤੇ ਵੀ ਆਉਟਪੁੱਟ ਕਰ ਸਕਦੇ ਸੋ ਜੇ ਵੀ ਤੁਸੀਂ ਕੰਪਿਊਟਰ ਤੇ ਕਰ ਸਕਦੇ ਤੁਸੀਂ ਵੱਡੀ ਸਕਰੀਨ ਤੇ ਵੀ ਕਰ ਸਕਦੇ ਹੋ ਇਹ ਕਾਫੀ ਪਤਲਾ ਹੈ ਬਿਲਕੁਲ ਨਹੀਂ ਯਾ ਸਾਹ ਦੇਖੋ ਕਾਫੀ ਸਕਿਨ ਹੈਗਾ ਤੇ ਇਸ ਕਿਨੀ ਹੈਗਾ ਜਿਹੜਾ ਤੇ ਸਕਰੀਨ ਹੈਗੀ ਹੈ ਐਂਡ ਲਾਈਟਵੇਟ ਵੀ ਹੈਗਾ ਪ੍ਰਾਈਸ ਕੀ ਦਸੀ ਉਹਦੀ ਇਹ ਦੇ ਤਕਰੀਬਨ 6500 ਡਾਲਰ ਦੀ ਹੈਗੀ ਹੈ ਹਾਂ ਜੀ MSI ਦੇ X340 ਮਾਡਲ ਹੈਗਾ ਸੋ ਚਲੋ ਹੁਣ ਆਪਾਂ ਜਾਣੀਏ ਚੌਥੀ ਆਈਟਮ ਬਲੂਟੁੱਥ ਅਨ ਜਿ세 ਕੋ ਜਨਰੀ ਫਰਸਟ ਨਵੀ ਲੇਜਿਸਲੇਸ਼ਨ ਆ ਰਹੀ ਪੀਸੀ ਵਿੱਚ ਸੋ ਜਨਰੀ ਫਰਸਟ ਦੇ ਬਾਅਦ ਤੁਸੀਂ ਉਹ ਫੋਨ ਲਾ ਕੇ ਨਹੀਂ ਤੁਸੀਂ ਚਲਾ ਸਕਦੇ ਨਹੀਂ ਚਲਾ ਸਕਦੇ ਸੋ ਦੋ ਤਿੰਨ ਆਪਸ਼ਨਸ ਆ ਗਏ ਇੱਕ ਤੇ 이어ਪੀਸ ਯੂਜ਼ ਕਰ ਸਕਦੇ ਹੋ ਜਾਂ ਐਸਐਨਐਸ ਸਪੀਕਰ ਫੋਨ ਯੂਜ਼ ਕਰ ਸਕਦੇ ਹੋ ਆ ਯਾਰ ਇਹਦਾ V22 ਮਾਡਲ ਹੈਗਾ ਹੁਣ ਤੁਸੀਂ ਇਹਦੇ ਵਿੱਚ ਕੀ ਹੈਗਾ ਕਿ ਆਪਣੇ ਜਿਹੜੇ ਸੈਲਫੋਨ ਦੇ ਕੰਟੈਕਟਸ ਹੈਗਾ ਉਹ ਆਟੋਮੈਟਿਕਲੀ ਇਹਦੇ ਵਿੱਚ ਡਾਊਨਲੋਡ ਹੋ ਜਾਂਦੇ ਤੁਸੀਂ ਇੱਕ ਬਟਨ ਨਾਲ ਡਾਇਲ ਕਰ ਸਕਦੇ ਹੋ ਫੋਨ ਫੋਨ ਤੁਸੀਂ ਪਾਰਕਰ ਵਿੱਚ ਰੱਖ ਸਕਦੇ ਹੋ ਜਾਂ ਥੱਲੇ ਉਹ ਗਲਬ ਆਸ ਵਿੱਚ ਜਾਂ ਇੱਥੇ ਰੱਖ ਸਕਦੇ ਹੋ ਐਵੇਂ ਤੁਸੀਂ ਸਿੱਧਾ ਡਾਇਲ ਕਰ ਸਕਦੇ ਹੋ ਜੇ ਫੋਨ ਕਾਲ ਆndi ਤੁਸੀਂ ਇੱਕ ਬਟਨ ਦਬਾਉਤੋਂ ਤੁਸੀਂ ਫੋਨ ਕਾਲ ਅਨਸਰ ਵੀ ਕਰ ਸਕਦੇ ਹੋ ਐਂਡ ਇਹਦੇ ਵਿੱਚ ਕਿਵੇਂ ਜਿਹੜੇ ਬਲੂਟੂਥ ਹੈ ਰੇਂਜ ਹੈਗੀ ਹੈ ਉਹ ਤੇ ਕਿੰਨੀ 3 ਫੀਟ ਜਾਂ 10 ਮੀਟਰ ਦੀ ਰੇਂਜ ਹੁੰਦੀ ਹੈ ਸੋ ਕਾਰ ਦੇ ਵਿੱਚ ਇਸ ਕੋਈ ਪ੍ਰੋਬਲਮ ਹੈਗੀ ਐਂਡ ਸੋ ਵੈਸੇ ਵੀ ਜੇ ਤੁਸੀਂ ਇੱਧਰ ਉੱਧਰ ਫਿਰਦੇ ਹੋ ਤੇ ਜੇ ਤੁਸੀਂ 30 ਫੁੱਟ ਦੂਰ ਚਲੇ ਜਾਂਦੇ ਹੋ ਆਪਣੇ ਸੈੱਲ ਫੋਨ ਤੋਂ ਤੇ ਗੱਲਬਾਤ ਕਰਦੇ ਹੋ ਹਾਂਜੀ ਗੱਲ ਕਰ ਸਕਦੇ ਹੋ ਸਿਰ ਕਾਰ ਦੇ ਵਿੱਚ ਅਸੀਂ ਬਾਹਰ ਨਿਕਲ ਤੁਸੀਂ ਆਉਤੇ ਬਾਹਰ ਤੇ ਲਾਉਂਦੇ ਆਂ ਅਤੇ ਤੁਸੀਂ ਬਾਹਰ ਨਿਕਲਣਾ ਚਾਹੁੰਦੇ ਤੁਸੀਂ ਇਹਦੇ ਤੇ ਮੈਗਨੈਟ ਲੱਗੇ ਤੁਸੀਂ ਇਹ ਨਾਲ ਲਾ ਕੇ ਜਾ ਸਕਦੇ ਹੋ and ادي ਜਿਹੜੇ ਅਗੇ ਤੇ ਕੀਪਿੰਗ 10 ਘੰਟੇ ਦੀ ਟਾਕ ਟਾਈਮ ਹੈਗਾ and ਤੇ ਕੀਪਿੰਗ 200 ਘੰਟੇ ਦੀ ਸਟੈਂਡ ਬਾਈ ਟਾਈਮ ਹੈਗੀ ਹੈ and ਇਸੁੱਤ ਕੀ ਮੈਂ 8 ਦਿਨ ਤੁਸੀਂ ਉਹ ਬੈਟਰੀ ਲਾਸਟ ਕਰਦੀ ਹੈ ਬੜਾ ਮਹਿੰਗਾ ਤਾਂ ਨਹੀਂ ਆ ਨਹੀਂ ਤੇ ਕਿਮ 109 ਡਾਲਰ ਦਾ ਹੈਗਾ ਠੀਕ ਹੈ ਹਾਂਜੀ ਵਰਥ ਵੈਲ ਹੈ ਬਸ ਇ ਕਾਫੀ ਕਮ ਆਏਗਾ ਪਹਿਲੀ ਜਨਵਰੀ ਤੋਂ ਬਾਅਦ ਹਾਂਜੀ ਅੱਜ ਹੀ ਅੱਜ ਹੀ ਸ਼ੁਰੂ ਕਰ ਸਕਦੇ ਹੋ ਬਟ ਜਨਵਰੀ ਫਰਸਟ ਆ ਲਾਏ ਯਾ ਕ੍ਰਿਸਮਸ ਦੇ ਲੈ ਕੇ ਕਿਸ ਨੂੰ ਗਿਫਟ ਦੇ ਦੇਣੀ ਹੈ ਯਾ ਸੋ ਆਪਣੀ ਅੱਗੇ ਹੈਗੀ Samsung ਦੇ ਨਵੇਂ ਮਾਡਲ ਆਇਆ ਹੈ ਐ ਇਹ ਜਿਹੜੀ ਉਹਦੀ Samsung ਦਾ ਹਾਈ ਡੈਫੀਨੇਸ਼ਨ ਕੈਮਕੋਡਰ ਹੈਗਾ ਹੁਣ ਇਹਦੇ ਵਿੱਚ ਕੀ ਹੈਗਾ ਕਿ ਤੁਸੀਂ ਇਹ ਮੇਰੇ ਪਿੱਛੇ ਦਿਖਾਣ ਦਾ ਸਕਰੀਨ ਹੈਗੀ ਹੈ UMX H10 ਮਾਡਲ ਹੈਗਾ U10 ਮਾਡਲ ਹੈਗਾ ਸੌਰੀ ਸਕਰੀਨ ਕਾਫੀ ਵੱਡੀ ਹੈਗੀ ਹੁਣ ਇਹਦੇ ਵਿੱਚ ਬੈਨੀਫਿਟ ਕੀ ਹੈਗਾ ਕਿ ਤੁਸੀਂ ਹਾਈ ਡੈਫੀਨੇਸ਼ਨ ਵੀਡੀਓ ਸ਼ੂਟ ਕਰ ਸਕਦੇ ਹੋ ਫੁੱਲ 1080p ਜਿਹੜੀ ਪੂਰੀ ਹਾਈ ਡੈਫੀਨੇਸ਼ਨ ਹੈਗੀ ਹੈ ਨਾਲੇ ਇਹਦੇ ਵਿੱਚ ਕੀ ਹੈਗਾ ਕਿ ਤੁਸੀਂ 10 ਮੈਗਾਪਿਕਸਲ ਦਾ ਕੈਮਰਾ ਵੀ ਹੈਗਾ ਸੋ ਇਹਦੇ ਵਿੱਚ ਤੁਸੀਂ ਫੋਟੋ ਵੀ ਇਸ਼ੂ ਕਰ ਸਕਦੇ ਹੋ ਵੀਡੀਓ ਵੀ ਇਸ਼ੂ ਕਰ ਸਕਦੇ ਹੋ ਸੋ ਜੇ ਤੁਸਾਂ ਜੇ ਤੁਸੀਂ ਟਰੈਵਲ ਕਰਨੇ ਤੁਸੀਂ ਕਿ ਕਹਿੰਦੇ ਕਿ ਮੈਂ ਦੋ ਆਈਟਮ ਨਹੀਂ ਕੈਰੀ ਕਰਨਾ ਚਾਹੁੰਦਾ ਵੀਡੀਓ ਕੈਮਰਾ ਐਂਡ ਕੈਪ ਕੋਡਰ ਇਹਦੇ ਵਿੱਚ ਦੋਨੋਂ ਚੀਜ਼ਾਂ ਆ ਗਏ ਐਂਡ ਇੱਕ ਕਨੈਕਸ਼ਨ ਆ ਗਿਆ USB ਦਾ mm -hmm. USB ਦੇ ਨਾਲ ਤੁਸੀਂ ਡਾਊਨਲੋਡ ਕਰ ਸਕਦੇ ਹੋ ਕੰਪਿਊਟਰ ਤੇ ਨਾਲੇ ਉਹਦੇ ਨਾਲ ਉਹ ਚਾਰਜ ਵੀ ਹੋ ਜਾਂਦੀ ਹੈ ਰਾਈਟ ਹਾਂਜੀ ਵੈਰੀ ਕੂਲ ਯਾ ਸੋ ਆਪਣੀ ਅਗਲੀ ਆਈਟਮ ਕਾਸ਼ੀ ਤੇ ਫਿਰ ਮੈਨੂੰ ਡਿਜੀਟਲ ਕੈਮਰਾ ਹੀ ਲੱਗਦਾ ਕੋਈ ਹਾਂਜੀ ਰੈਗੂਲਰ ਡਿਜੀਟਲ ਕੈਮਰਾ ਲੱਗਦਾ ਨਾਇਕਨ ਦਾ ਨੈਵਰ ਕੂਪਿਕਸ XS1000 PJ ਆ ਗਿਆ ਸੋ ਇਹਦੇ ਵਿੱਚ ਕਾਫੀ ਆਪਟੀਕਲ ਜ਼ੂਮ ਬਟ ਐਸ ਇਸ ਇੱਕ ਬੈਨੀਫਿਟ ਹੈਗਾ ਮੈਂ ਦਿਖਾਣ ਰਿਹਾ ਤੇ ਅਸੀਂ ਫੋਟੋ ਖਿੱਚੇ ਸੀ ਇੱਥੇ ਪਹਿਲੇ ਸਟੂਡੀਓ ਵਿੱਚ ਆਪਾਂ ਸੈਗਮੈਂਟ ਸ਼ੁਰੂ ਹੋਣ ਹਾਂਜੀ ਸੋ ਹੁਣ ਕੀ ਹੁੰਦਾ ਕਿ ਜੋ ਅਸੀਂ ਪਾਰਟੀ ਤੇ ਜਾਂਦੇ ਤੁਸੀਂ ਫੋਟੋ ਖਿੱਚਦੇ ਹੋ ਸਾਰੇ ਕਹਿੰਦੇ ਹਾਂ ਫੋਟੋ ਦਿਖਾਓ ਫੋਟੋ ਦਿਖਾਓ ਐ ਛੋਟੀ ਜੀ ਸਕਰੀਨ ਦੇ ਥੋੜਾ ਜਿਹਾ ਫੋਟੋ ਦੇ ਖਿੱਚਦੀ ਹੈ ਪਰ ਐਸ ਇੱਕ ਆਪਸ਼ਨ ਹੈ ਕਿ ਮੈਂ ਦਿਖਾਣ ਰਿਹਾ ਤੇ ਪ੍ਰੋਜੈਕਸ਼ਨ ਹੈਗੀ ਹੈ ਸੋ ਤੁਸੀਂ ਦੇਖੋ ਅਸੀਂ ਫੋਟੋ ਪਹਿਲੇ ਖਿੱਚੀ ਸੀ ਰਾਈਟ ਰਾਈਟ ਆਗੇ ਸੋ ਯੂ ਸੀ ਸੇ ਤੁਸੀਂ ਪ੍ਰੋਜੈਕਸ਼ਨ ਕਰਦੇ ਅਪ ਟੂ 40 ਇੰਚ ਤੁਸੀਂ ਫੋਟੋ ਪ੍ਰੋਜੈਕਸ਼ਨ ਕਰ ਸਕਦੇ ਹੋ ਅੱਛਾ ਜੀ ਐਂਡ ਕੋਈ ਬੈਟਰ ਹੈਗਾ ਜੇ ਤੁਸੀਂ ਥੋੜਾ ਡਾਰਕ ਹੋਏਗਾ ਲਾਈ ਲਾਈਟਿੰਗ ਦੇ ਥੋੜੇ ਜਿਹਾ ਇਫੈਕਟ ਹੁੰਦਾ ਬਟ ਤੁਸੀਂ ਜੋ ਵੀ ਫੋਟੋ ਤੁਸੀਂ ਕਿਚੋ ਕੋ ਇਹਦੇ ਤੇ ਆ ਜਾਂਦੀ ਹੈ ਸੋ ਤੁਸੀਂ ਬੰਦੇ ਪ੍ਰੋਜੈਕਟਰ ਤੇ ਦਿਖਾ ਸਕਦੇ ਹੋ ਜਿਹੜੀ ਹਾਂਜੀ ਇਹਦੇ ਬਿਲਟ ਇਨ ਹੈਗਾ ਐਂਡ ਫੋਟੋ ਵੀ ਕਰ ਸਕਦੇ ਹੋ ਵੀਡੀਓ ਵਗੈਰਾ ਜੋ ਵੀ ਕਰਨਾ ਹੈ ਤੁਸੀਂ ਇਹਦੇ ਪ੍ਰੋਜੈਕਸ਼ਨ ਕਰ ਸਕਦੇ ਹੋ ਅਪਸੇ 40 ਇੰਚ ਦੀ ਬੜੀ ਸਕਰੀਨ ਤੇ ਦਿਖਾ ਦਿਓ ਅਗਲੇ ਨੂੰ ਯਾ ਹੋ ਯਾ ਸੋ ਕਿੰਨੇ ਕੁ ਪੈਸੇ ਖਰਚਨੇ ਪੈਣਗੇ ਫਿਰ ਇਹ ਕੈਮਰਾ ਜਿਹੜਾ ਹੈਗਾ ਥੀ ਗਿਵਨ 500 ਡਾਲਰ ਹੈਗਾ ਅੱਛਾ ਜੀ ਹਾਂਜੀ ਹਮਮ ਸੋ ਨੈਕਸਟ ਆਈਟਮ ਕੀਬੋਰਡਸ ਹਾਂਜੀ ਇਹ ਬਲੂਟੂਥ ਹੈਗਾ ਅਸੀਂ ਪਹਿਲੇ ਵੀ ਬਲੂਟੂਥ ਹੀ ਕਹਿ ਰਹੇ ਸੀ ਰਾਈਟ ਬਲੂਟੂਥ ਹੈਗਾ ਕੰਪਿਊਟਰ ਜਿਹਨ ਤੁਸੀਂ ਕਹਿੰਦੇ ਨੈਵੀਗੇਟਰ ਕੰਪਿਊਟਰਸ ਆ ਸਪੈਸ਼ਲੀ ਲੈਪਟਾਪਸ ਯੂ ਨੈਟਵਰਕਸ ਐਜ਼ ਵਾਚ ਵੀ ਹੈਗਾ ਬਲੂਟੂਥ ਕਨੈਕਸ਼ਨ ਹੁੰਦੀ ਹੈ ਸੋ ਸੋ ਸੇਫ ਫਰੈਂਸ ਤੁਸੀਂ ਇਹਨਾਂ ਛੋਟੀ ਕੀਬੋਰਡ ਨਹੀਂ ਯੂਜ਼ ਕਰਨਾ ਚਾਹੁੰਦੇ ਤਾਂ ਤੁਸੀਂ ਵੱਡਾ ਕੀਬੋਰਡ ਯੂਜ਼ ਕਰ ਸਕਦੇ ਹੋ ਐ ਮਾਈਕਰੋਸਾਫਟ ਦਾ ਬਲੂਟੂਥ 6000 ਮਾਡਲ ਆਇਓ ਹੈ ਸੋ ਇਹਦੇ ਵਿੱਚ ਕੀ ਹੈਗਾ ਪੂਰੇ ਬਲੂਟੂਥ ਹੈਗਾ ਕਾਫੀ ਸਲਿਮ ਹੈਗਾ ਸੋ ਟਰੈਵਲ ਕਰ ਸਕਦੇ ਤੁਸੀਂ ਬੈਟਰੀ ਪਾਵਰਡ ਹੈਗਾ ਬੈਟਰੀ ਤੇ ਕਿਵੇਂ 6 ਮਹੀਨੇ ਲਾਸਟ ਕਰਦੀ ਹੈ ਹੁਣ ਇਹਦੇ ਵਿੱਚ ਬੈਨੀਫਿਟ ਕੀ ਹੈਗਾ ਜਿਹੜਾ ਨੰਬਰ ਕੀ ਪੈਡ ਹੈਗਾ ਤੁਸੀਂ ਉਸ ਸਾਈਡ ਵੀ ਕਰ ਸਕਦੇ ਐਸ ਸਾਈਡ ਵੀ ਕਰ ਸਕਦੇ ਲੈਫਟ ਸਾਈਡ ਰਾਈਟ ਸਾਈਡ ਸੋ ਜੇ ਤੁਸੀਂ ਲੈਫਟ ਹੈਂਡਡ ਹੈਗਾ ਤੁਸੀਂ ਨੰਬਰ ਕੀ ਪੈਡ ਲੈਫਟ ਸਾਈਡ ਤੇ ਵੀ ਯੂਜ਼ ਕਰ ਸਕਦੇ ਹੋ ਯਾ ਤੁਸੀਂ ਇਹਨੂੰ ਸੈਪਰੇਟ ਵੀ ਰੱਖ ਸਕਦੇ ਹੋ ਸਿਰਫ ਉਹ ਯੂਜ਼ ਕਰ ਸਕਦੇ ਹੋ ਅਗੇਨਸਟ ਕਿਵੇਂ ਇਹਦੇ 3 ਫੁੱਟ ਰੇਂਜ ਹੈਗੀ ਹੈ ਓਕੇ ਹਾਂਜੀ ਸੋ ਜਿਹੜਾ ਵੀ ਇਹਦੇ ਤੇ ਤੁਸੀਂ ਵਰਤ ਸਕਦੇ ਹੋ ਹਾਂਜੀ ਸੋ ਕਾਸ਼ ਸੋ ਹੁਣ ਆਪਾਂ ਸੈਗਮੈਂਟ ਦੇ ਅਖੀਰ ਦੇ ਵਿੱਚ ਇੱਕ ਕੰਪੀਟੀਸ਼ਨ ਰੈਪਰ ਹਾਂ クリスマス ਦਾ ਤੇ ਇੱਕ ਦੋ ਦਿਨਾਂ ਤੱਕ ਕਰਾਉਣ ਵਾਲੇ ਆ। ਹਾਂਜੀ। ਸੋ ਕਾਫੀ ਲੋਕਾਂ ਨੇ ਇੱਕ ਦੂਜੇ ਨੂੰ ਤੋਹਫੇ ਦੇਣੇ ਆ। ਆਪਾਂ ਵੀ ਕੋਈ ਤੋਹਫਾ ਦੇਣਾ ਸੀਗਾ। ਡੈਫੀਨਟਲੀ ਡੈਫੀਨਟਲੀ। ਤੇ ਮੈਂ ਦੋ ਚੀਜ਼ਾਂ ਤੁਹਾਡੇ ਵਾਸਤੇ ਲੈ ਕੇ ਆਇਆ ਹੋਇਆ ਆ। ਸੋ ਆ ਯਾਦਾ ਦਾ ਜਿਹੜਾ ਹੈਗਾ ਹੈੱਡਸੈੱਟ ਹੈਗਾ। ਹਮ ਹਮ। ਜਿਹੜਾ ਇਅਰਪੀਸ ਹੈਗਾ ਬਲੂਟੂਥ ਵਾਲਾ। ਸੋ ਦੇ ਕਾਫੀ ਚੀਜ਼ਾਂ ਹੈਗੇ ਐਂਕਰ ਦੇ ਵਿੱਚ ਜਿਹੜਾ ਐਡਾਪਟਰ ਹੈ ਉਹਦੇ ਵਿੱਚ ਹੀ ਚਾਰਜ ਹੋ ਰਿਹਾ ਨੇ। V1 ਮਾਡਲ ਹੈਗਾ। ਹਾਂ ਨਵੀਂ ਚੀਜ਼ ਆਈ ਹੈ ਤੇ ਯਾਰੜ ਦੀ ਮੈਦਾਨਾਂ ਤੇ ਯਾਰੜ ਦੇ ਹੈਂਸ ਫੀ ਮੀਰ ਆ ਗਿਆ ਸੋ ਕੀ ਹੈਗਾ ਕਿ ਤੁਸੀਂ स्पीकर फोन ਜਿਹੜਾ ਤਾਂ ਆਪਣੇ ਰੀਅਰ ਵੀ ਮਿਰਰ ਹੈਗਾ। ਉਹ ਆਹ ਤੁਸੀਂ ਐ ਉਹਦੇ ਉੱਪਰ ਹੀ ਆਂਦਾ। ਸੋ ਕੋਈ ਵੀ ਕਾਰਡ ਦੇ ਵਿੱਚ ਇੰਸਟਾਲੇਸ਼ਨ ਹੋ ਸਕਦੀ ਹੈ। ਐਂਡ ਇਟ ਇਸ ਅ ਕਾਲ ਡਿਸਪਲੇਅ ਗੈਸ। ਸੋ ਜੇ ਕਾਲ ਆ ਜਾਂਦੀ ਐਥੇ ਨੰਬਰ ਆ ਜਾਂਦਾ। ਸੋ ਨੂੰ ਮਿਰਰ ਤੇ ਮੂਰੇ ਦਿਸਣ ਲੱਗਦਾ। ਹਾਂਜੀ ਐਗਜ਼ੈਕਟ। ਤੁਸੀਂ ਮਿਰਰ ਤੇ ਰੈਗੂਲਰਲੀ ਚੈੱਕ ਕਰਦੇ ਹੋ। ਸੋ ਉਹਦੇ ਵਿੱਚ ਤੁਸੀਂ ਸਾਰਾ ਕੁਝ ਐਂਡ ਸਪੀਕਰ ਵੀ ਗੈਰ ਸਾਰਾ ਕੁਝ ਐਡ ਵਿੱਚ ਬਿਲਟ ਇਨ ਹੈਗਾ। Oh very nice. ਹਾਂਜੀ। ਹੂੰ ਹੂੰ। ਸੋ ਐ ਦੋ ਦੋਨੋ ਚੀਜ਼ਾਂ ਅਸੀਂ ਦੇ ਦਾਂਗੇ। ਸੋ ਕੁਐਸਚਨ ਕੀ ਹੈ ਗਾਇ? Okay. Bluetooth Bluetooth ਦਾ ਜਿਹੜਾ ਸਟੈਂਡਰਡ ਰੇਂਜ ਹੈਗੀ ਹੈ ਉਹ ਕਿੰਨੀ ਹੈਗੀ ਹੈ? ਹ ਆਪਣੇ ਫੋਨ ਤੋਂ ਬਲੂਟੂਥ ਲਾ ਕੇ ਕਿੰਨੀ ਦੂਰ ਤੱਕਰ ਜਾ ਸਕਦੇ ਤੱਕ ਤੁਸੀਂ ਗੱਲਬਾਤ ਕਰਦੇ ਹੋ ਹਾਂਜੀ ਹਾਂਜੀ ਸੋ ਅਸੀਂ ਆਪਣੇ ਦਰਸ਼ਕਾਂ ਨੂੰ ਦੱਸਣਾ ਚਾਹੁੰਦੇ ਹਾਂ ਕਿ ਇਸ ਕੰਪੀਟੀਸ਼ਨ ਦੇ ਵਿੱਚ ਤੁਸੀਂ ਇਹ ਦੋ ਚੀਜ਼ਾਂ ਜਿੱਤ ਸਕਦੇ ਹੋ ਉਹਦਾ ਹਸਬਕਤਾ ਇਹ ਆ ਕਿ ਜਿਹੜਾ ਵੀ ਵਿਅਕਤੀ ਇਸ ਦਾ ਸਹੀ ਆਨਸਰ ਦੇਗਾ ਤੁਹਾਨੂੰ ਈਮੇਲ ਲਿਖਣੀ ਪੈਣੀ ਹੈ ਜਿਹੜੀ ਪਹਿਲੀਆਂ ਦੋ ਈਮੇਲਾਂ ਆਉਣਗੀਆਂ ਔਰ ਜਿਨ੍ਹਾਂ ਦੇ ਜਵਾਬ ਸਹੀ ਹੋਣਗੇ ਉਹਨਾਂ ਨੂੰ ਇਹਨਾਂ ਦੇ ਵਿੱਚੋਂ ਕੋਈ ਇੱਕ ਆਈਟਮ ਮਿਲੇਗੀ ਦੋ ਅਸੀਂ ਇਹਨਾਂ ਦੇ ਵਿੱਚੋਂ ਦੇਣੀ ਇੱਕ ਇੱਕ ਦੋਨੀ ਆਈਟਮ ਦੋਨਾਂ ਵਿਅਕਤੀ ਨੂੰ ਸੋ ਜਿਹਦਾ ਵੀ ਆਨਸਰ ਸਹੀ ਹੋਇਆ ਪਹਿਲੀਆਂ ਦੋ ਈਮੇਲ ਲਿਖਣ ਵਾਲਿਆਂ ਨੂੰ ਇਹ ਇਨਾਮ ਮਿਲ ਸਕਦੇ ਆ 크리스마ਸ ਦਾ ਤੋਹਫਾ ਤੁਹਾਨੂੰ ਦਿੱਤਾ ਜਾਏਗਾ ਔਰ ਜੇਕਰ ਤੁਸੀਂ ਇਹ ਪ੍ਰੋਗਰਾਮ ਦੇਖ ਰਹੇ ਹੋ ਤੇ ਤੁਸੀਂ ਹੁਣੇ ਹੀ ਈਮੇਲ ਲਿਖ ਸਕਦੇ ਹੋ news@omnibc.ca ਤੇ ਇਹ ਈਮੇਲ ਕਰਕੇ ਜਿਹੜੇ ਪਹਿਲੇ ਦੋ ਈਮੇਲ ਸਹੀ ਲਿਖਣਗੇ ਉਹਨਾਂ ਨੂੰ ਇਹਨਾਂ ਦੇ ਵਿੱਚੋਂ ਕੋਈ ਇੱਕ ਆਈਟਮ ਮਿਲ ਸਕਦੀ ਸੀ ਬਿਲਕੁਲ ਠੀਕ ਹੈ ਹਾਂਜੀ ਠੀਕ ਹੈ ਸੋ ਅਸੀਂ ਉਮੀਦ ਕਰਦੇ ਹਾਂ ਕਿ ਸਾਡੇ ਇਸ ਸੈਗਮੈਂਟ ਨਾਲ ਤੁਹਾਨੂੰ ਨਵੀਂ ਟੈਕਨੋਲੋਜੀ ਅਤੇ ਨਵੇਂ ਗੈਜੇਟਸ ਨੂੰ ਖਰੀਦਦਰਵਲੇ ਆਪਣੀ ਚੋਣ ਕਰਨ ਵਿੱਚ ਆਸਾਨੀ ਹੋਵੇਗੀ ਪਰ ਕੋਈ ਵੀ ਚੀਜ਼ ਖਰੀਦਣ ਤੋਂ ਪਹਿਲਾਂ ਤੁਸੀਂ ਉਸ ਦੀ ਆਪਣੇ ਤੌਰ ਤੇ ਪਰਖ ਜ਼ਰੂਰ ਕਰ ਲਿਆ ਕਰੋ ਆਕਾਸ਼ ਬਹੁਤ-ਬਹੁਤ ਧੰਨਵਾਦ ਜੀ ਥੈਂਕ ਯੂ ਥੈਂਕ ਯੂ ਥੈਂਕ ਯੂ